ਓਕੇ ਹੈਲੋ ਜੀ, ਵੈਲਕਮ ਬੈਕ ਟੂ ਅਨਦਰ ਵਲੌਗ। ਅੱਜ ਬੁਰੇ ਹਾਲ ਹੋਏ ਪਿਆ ਤੇ ਅੱਜ ਮੈਂ ਪਹਿਲਾਂ ਇਹਦੇ ਫੱਟੇ ਚੱਕ ਲਿਆ। ਓਕੇ ਤੇ ਸਾਡਾ ਜਿਹੜਾ ਨਾਈ ਆ ਅਸੀਂ ਉਹ ਤਾਂ ਸ਼ਾਇਦ ਬੁਲਾਉਂਦਾ ਹੋਵੇ ਤਾਂ ਆਉਂਦਾ ਹੋਵੇ। ਅਸੀਂ ਕਟਿੰਗ ਨਹੀਂ ਕਰਾਈ ਹਜੇ ਤੱਕ ਕਿਉਂਕਿ ਮਾਰਕੀਟ ਸਾਰੀ ਬੰਦ ਪਈ ਆ ਅਤੇ ਜਿੱਦਣ ਮੈਂ ਕਟਿੰਗ ਕਰਾਉਣੀ ਸੀਗੀ ਉਦਣ ਹੀ ਜਨਤਾ ਕਰਫਿਊ ਲੱਗ ਗਿਆ ਸੀ ਅਤੇ ਹੁਣ 10-12 ਦਿਨ ਹੋ ਚੱਲਿਆ ਜਨਤਾ ਕਰਫਿਊ ਨੰਗੇ ਨੂੰ ਵੀ ਅਤੇ ਆਹ ਬੁਰੇ ਹਾਲ ਹੋਏ ਪਏ ਆ। ਅਤੇ ਅੱਜ ਜਿਹੜੀ ਮੀਨਾਕਾਰੀ ਕਰੂਗਾ ਉਹ ਜੋਨ ਨਹੀਂ ਕਰੂਗਾ ਅਤੇ ਦੇਖਦਾ ਕੀ ਚਾਰ ਚੰਦ ਲਾਉਂਦਾ। ਤਸੱਲੀ ਨਾ ਕੱਢ ਦਿਓ, ਹੁਣ ਮੇਰੀ ਇੱਕ ਗੱਲ ਸੁਣ ਲਓ ਕੀ ਕੱਟਣਾ। ਆਹ ਮੁੱਛਾਂ ਨਹੀਂ ਕੱਟਣੀਆਂ, ਠੀਕ ਆ, ਇੱਥੋਂ ਕਲਮ ਚੱਕ ਕੇ ਬਾਕੀ ਸਾਰਾ ਚੱਕ ਲਓ, ਠੀਕ ਆ। ਪੂਰੇ ਨਾਈਆਂ ਵਾਲੇ ਲੱਛਣ ਕਰ ਲਏ। ਦਾੜੀ ਚ ਵੀ ਖੁਸ਼ਕੀ ਆ ਗਈ। ਖੁਸ਼ਕੀ ਪਤਾ ਕਿਉਂ ਨਹੀਂ? ਨਹਾਉਂਦੇ ਨੇ। ਹਾਂ ਨਹੀਂ, ਮੈਂ 4-5 ਦਿਨਾਂ ਬਾਅਦ ਨਹਾ ਲੈਂਦਾ ਹੁੰਦਾ। ਕਰਫਿਊ ਹੈ ਨਾ, ਜੀ ਨਹੀਂ ਕਰਦਾ ਮੈਂ। ਉਹ ਆ ਨਹੀਂ ਚੱਕ ਗੱਲ ਨਹਾਉਣ ਦੀ ਗੱਲ, ਪਤਾ ਕੀ ਆ ਜਦੋਂ ਕਿਤੇ ਆਉਣਾ ਨਹੀਂ ਜਾਣਾ ਨਹੀਂ, ਪਾਣੀ ਕਿਉਂ ਵੇਸਟ ਕਰਨਾ। ਕਲਮਾ ਇੱਕੋ ਜਿਹਾ ਰੱਖਿਓ, ਇਹ ਤਾਂ ਗਈ ਜੋ ਨਹੀਂ ਉਹਦਾ ਮੂੰਹ ਸਾਰਾ ਭਰਦਾ ਮੇਰਾ। ਆਲਾ ਦੀ ਨੂੰ ਰੱਖ ਦੇ ਸੀ ਤੁਹਾਡੀ ਬੁਰਾ ਸਿੱਧਾ ਕਰਕੇ ਦੋਨੇ ਮੈਂ ਇੰਨੀ ਰੱਖਦਾ ਹੁੰਦਾ। ਮੈਨੂੰ ਦੱਸਿਆ ਤੂੰ ਇੰਨੀ ਰੱਖਦਾ ਹੁੰਦਾ? ਕੋਈ ਨਹੀਂ, ਤੂੰ ਕਿਹੜਾ ਕਟਾਉਣੇ ਨਹੀਂ। ਵੇਖੀ ਆਊਗੀ ਯਾਰ, ਰਹਿਣਾ ਤਾਂ ਘਰੇ ਹੀ ਆ 15 ਦਿਨ ਆਪੇ ਆ। ਖਾਲਾ ਮੂੰਹ ਚ ਪੈ ਗਿਆ ਸੱਚੀ। ਕੋਈ ਨਾ, ਕਿਹੜਾ ਜੂੜਾ ਬਣ ਜੂਗਾ। ਰਾਵਣ ਇੱਕ ਟਿੱਕਾ ਵੀ ਲਾ ਲਾਇਆ ਮੈਂ ਉਹ ਤੋਂ ਕਟਾ ਕੇ। ਮੈਂ ਏਅਰ ਪਲਾਜ਼ਾ ਵਾਲਾ ਬੈਠਾ ਹੀ ਆ। ਓਹੋ ਬੁਰਿਆ, ਕਰਦੇ ਸੈਟਅਪ ਫਿਰ ਦਿਖਾਉਂਦੇ। ਮੈਂ ਤੈਨੂੰ ਕਰਕੇ ਦਿਖਾਉਂਦਾ। ਮੈਂ ਕੁੱਕਰ ਟ੍ਰਿਮਰ ਪਿਆ ਜੋਨੀ ਨੂੰ ਕੱਟਣੇ ਨਹੀਂ ਆਏ। ਲਓ ਜੀ, ਅਤੇ ਅੱਜ ਅਸੀਂ ਬੈਠੇ ਹਾਂ ਘਰੇ, ਤੁਸੀਂ ਵੀ ਸਾਰਿਆਂ ਨੇ ਮੈਨੂੰ ਪਤਾ ਬੋਰ ਹੋ ਜਾਂਦੇ ਹੋਣਗੇ ਹੋਣਗੇ ਅਤੇ ਅਸੀਂ ਹੁਣ ਘਰੇ ਇੱਥੇ ਖੇਡਣ ਲੱਗੇ ਹਾਂ। ਇੱਕ ਸਿੰਘਾਸਣ ਅਸੀਂ ਲਾਉਣ ਲੱਗੇ ਹਾਂ ਅਤੇ ਤੁਸੀਂ ਚੈੱਕ ਕਰੋ। ਅਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਬਣਦੀ ਪਈ ਹੈ, ਤੁਸੀਂ ਵੀ ਵੇਖੋ ਨਾਲੇ, ਤੁਸੀਂ ਵੀ ਘਰੇ ਜੋ ਟਰਾਈ ਕਰੋਗੇ ਨਾ ਤੁਹਾਨੂੰ ਫਿਰ ਪਤਾ ਲੱਗੂਗਾ ਕੀ ਚੀਜ਼ ਹੈ। ਤੁਸੀਂ ਅੱਜ ਪਲੇਟਾਂ ਖੜਕਾਈਆਂ ਸੀ, ਅੱਜ ਮੈਂ ਦੋ ਫੱਟੀਆਂ ਚੱਕ ਲਿਆ ਫੱਟੀਆਂ, ਠੀਕ ਹੈ ਇਸ ਤਰ੍ਹਾਂ ਚੱਕ ਲਿਆ ਕਾਕਾ ਤੇ ਯਾਰ ਧੋਖਾ ਆ ਇਸ ਤਰ੍ਹਾਂ ਸਾਡੀ ਯਾਰੀ ਫੱਟੀਆਂ ਮੁੱਕ ਗਈ ਤੇ ਹੁਣ ਆਪਾਂ ਖੇਡਾਂਗੇ ਭਾਬੀ ਦੇ ਯਾਰ। ਤੇ ਸਾਡਾ ਹੋਣ ਲੱਗਿਆ ਜੀ ਮੈਚ ਤੇ 4 ਜਾਣੇ ਹੈਗੇ ਇੱਥੇ ਪਲੇਅਰ ਤੇ ਉਹਨਾਂ ਵਿੱਚੋਂ ਇੱਕ ਹੈਗਾ ਟੋਨੀ ਤੇ ਦੂਜਾ ਵਿਨੀ। ਦੱਸੋ ਟੋਨੀ ਦੀ ਨਵੀਂ ਲੁੱਕ ਕਿਹੋ ਜੀ ਹੈ? ਤੀਸਰਾ ਹੈਗਾ ਤਨਵੀਰ ਤੇ ਚੌਥਾ ਹੈਗਾ ਜੋਨੀ। ਤੇ ਹੁਣ ਹੋਊਗਾ ਕੰਪੀਟੀਸ਼ਨ, ਚੈੱਕ ਕਰਾਂਗੇ ਕਿਹੜਾ ਕਿੰਨੀ ਵਾਰੀ ਭਾਬੀ ਬਣਦਾ ਅਤੇ ਤੁਹਾਨੂੰ ਖੇਡਣ ਤੋਂ ਬਾਅਦ ਦੱਸੂੰਗਾ ਵੀ ਕੌਣ ਜਿੱਤਿਆ, ਕੌਣ ਹਾਰਿਆ, ਕੌਣ ਕਿੰਨੇ ਵਾਰੀ ਭਾਬੀ ਬਣਿਆ ਅਤੇ ਮੇਰੀ ਨਵੀਂ ਲੁੱਕ ਕਿਵੇਂ ਲੱਗੀ ਕਮੈਂਟ ਕਰਕੇ ਦੱਸਣਾ ਨਾ ਭੁੱਲਿਆ। ਹੁਣੇ ਹੁਣੇ ਇੱਕ ਬਹੁਤ ਜ਼ਿਆਦਾ ਰੂੰਡੀ ਵਾਲੀ ਗੱਲ ਹੋਈ ਹੈ, ਇਹਨੇ ਮੇਰੇ ਪੱਤੇ ਵੇਖ ਕੇ ਨਾ ਹੁਣ ਦੱਸਤਾ ਵੀ ਫਿਰ ਮੇਰੇ ਕੋਲ ਵੱਡਾ ਪਤਾ ਸੀ, ਉਹਨੂੰ ਕਹਿ ਕੇ ਛੋਟਾ ਪਤਾ ਲਵਾਤਾ ਅਤੇ ਹੁਣ ਮੇਰੇ ਤੋਂ ਪੱਤੇ ਖਿੱਚਵਾਉਣ ਲੱਗੇ। ਇਹੀ ਕਿਹਾ ਸੀ ਚੱਲਣ ਨੂੰ। ਓ ਹੋ, ਗੋਲਾ ਨਿਕਲ ਆਇਆ ਜੇ ਤੇਰੇ ਕੋਲ ਪਤਾ ਛੋਟਾ ਹੁੰਦਾ ਹੁਣ ਫਿਰ ਮੈਨੂੰ ਪੱਤੇ ਖਿੱਚਣੇ ਪੈਣੇ। ਮਨ ਲਾ ਰਿਹਾ ਯਾਰ ਇਦਾਂ ਕਿੱਦਾਂ, ਕਈ ਵਾਰੀ ਪੱਤਾ ਹੀ ਉਹ ਜਿਹਾ ਹੱਥ ਲੱਗ ਜਾਂਦਾ ਹੁੰਦਾ ਹੁੰਦਾ ਹੀ ਇੱਕ ਪੱਤਾ, ਹੁਣ ਵੱਡੇ ਪੱਤੇ ਹੀ ਆ, ਛੋਟਾ ਆਇਆ ਨਹੀਂ ਮੈਨੂੰ ਲੱਗਦਾ। ਇੱਧਰੋਂ ਤਾਂ ਨਹੀਂ ਕੱਟ ਕੱਟ ਦੇਈ ਜਾਂਦਾ ਦੁੱਕੀਆਂ,
ਡਾਕਾ ਉਹ ਨੋ ਫਿਰ ਚੌਕੀ ਲੱਗ ਗਈ ਇਹ ਤਿੰਨਾਂ ਜਣਿਆਂ ਦੀ ਰਹੀ ਚੱਲੀ ਜਾਂਦੀ ਆ ਤੇ ਮੈਂ ਕਿਹਾ ਇਹਦੇ ਨਾਲ ਪਤਾ ਤੂੰ ਤਾਂ ਰਹਿ ਨਹੀਂ ਦੇ ਆ ਤੇ ਕੀ ਆ ਰਹੀ ਐਵੇਂ ਨਾ ਕਾਟੂ ਦੇ ਹੁਣ ਕਿਵੇਂ ਲੱਗਦਾ ਦੁੱਖੀ ਹੁਕਮ ਦੀ ਫਿਰ ਬਚ ਗਿਆ ਹੁਣ ਆਊਗਾ ਸਵਾਲ ਹੁਣ ਤੀਜਾ ਚਾਂਸ ਆ ਲੈ ਭਾਈ ਹੁਣ ਯਾਰ ਹੁਣ ਕਾਟੂ ਹੀ ਕਾਟੂ ਮਿਲਣੇ ਆ ਕਿਉਂਕਿ ਹੁਕਮ ਦੀ ਸਾਰਾ ਬਹੁਤ ਮਹਿੰਗੀ ਆ ਫਿਰ ਵਾਰੀ ਤਾਂ ਫੇਰ ਹੀ ਆਉਣਾ ਜੇ ਮੇਰਾ ਪੱਤਾ ਵੱਡਾ ਬਣ ਗਿਆ ਸੀ ਯਾਰ ਬਣ ਕੇ ਸੀ ਤੇਰਾ ਵੀ ਤਾਂ ਪੱਤਾ ਤਾਂ ਸੀਗਾ ਇੰਨੇ ਜ਼ਿਆਦਾ ਹੋਵੇ ਤੇਰੇ ਕੋਲ ਵੱਡੇ ਪੱਤੇ ਤੇ ਖਿੱਚਿਆ ਬਾਪੀ ਚੱਲ ਵੱਡੇ ਪੱਤੇ ਤੇ ਹਮੇਸ਼ਾ ਹੁੰਦਾ ਬਾਪੀ ਚੱਲ ਅੱਛਾ ਹੁਣ ਜਿਹੜੇ ਸਾਡੇ ਦੋ ਮੈਚ ਲੱਗ ਚੁੱਕੇ ਆ ਦੋਨੇ ਵਾਰੀ ਮਤਲਬ ਇੱਕ ਵਾਰੀ ਆਹ ਵਿੰਨੀ ਬਣ ਚੁੱਕਿਆ ਅਤੇ ਇੱਕ ਵਾਰੀ ਬਣ ਚੁੱਕਿਆ ਜੋਨੀ ਕਾਊਂਟ ਕਰੀ ਚੱਲਾਂਗੇ ਆਹ ਦੋਨਾਂ ਦੇ ਦਿਲ ਨੂੰ ਧੱਕ ਧੱਕ ਕਰੀ ਜਾਂਦੇ ਕੌਣ ਦੇ ਪੱਤੇ ਖਿੱਚੀ ਇਹਨੇ ਸਾਰਾ ਨਿਕਲੀ ਜਾਂਦੀਆਂ ਆਹ ਵੀ ਲੰਘਦੀ ਆ ਲੰਘਦੀ ਆ ਲੰਘਦੀ ਆ ਫਿਰ ਫਸ ਗਏ ਲੈ ਸੱਜਣਾ ਬਚ ਗਿਆ ਬਣ ਗਿਆ ਓਹੋ ਬਣ ਗਿਆ ਖਿੱਚਣ ਸਾਰੇ ਮਿਲਣੇ ਸੀ ਹੁਣ ਜਦੋਂ ਅਸੀਂ ਖੇਡਦੇ ਪਏ ਦੋ ਵਾਰੀ ਇਹ ਬਣ ਚੁੱਕਿਆ ਦੋ ਵਾਰੀ ਮੈਂ ਬਣ ਗਿਆ ਇੱਕ ਵਾਰੀ ਜੋਨੀ ਬਣ ਗਿਆ ਤੇ ਇੱਕ ਵਾਰੀ ਤੈਨੂੰ ਬਣ ਚੁੱਕਿਆ ਪੰਜਵੀਂ ਵਾਰ ਇਹ ਬਣੇ ਬਣਿਆ ਕਿਉਂ ਅਸੀਂ ਤਾਂ ਅਸੀਂ ਪਹਿਲਾਂ ਅਸੀਂ ਇੱਕ ਸ਼ਰਤ ਰੱਖੀ ਸੀ ਵੀ ਜਿਹੜਾ ਐਂਡ ਤੱਕ ਜਮਾਂ ਨਾ ਬਣੂਗਾ ਉਹਨੂੰ ਕੱਚੀ ਮਿੱਟੀ ਦੇ ਵਿੱਚ ਕੁੱਟਾਂਗੇ ਤੇ ਰੋਲਾਂਗੇ ਤਾਂ ਕਰਕੇ ਹਰ ਗਿਆ ਮੈਨੂੰ ਵੀ ਉੱਤੇ ਪਤਾ ਲੱਗ ਗਿਆ ਉਹਨੂੰ ਕਿੱਥੋਂ ਲੱਗ ਗਈ ਪਹਿਲਾਂ ਹੀ ਆਈ ਹੋਣੀ ਹੈ ਪਹਿਲਾਂ ਹੀ ਆਈ ਸੀ ਆ ਸਾਡਾ ਪੰਜਵਾਂ ਪੰਜਵਾਂ ਖਿਡਾਰੀ ਸਾਡਾ ਆ ਚੁੱਕਿਆ ਲਓ ਜੀ ਜਿਹੜਾ ਸਾਡਾ ਮੈਚ ਆ ਕੰਪਲੀਟ ਹੋ ਚੁੱਕਿਆ ਅਤੇ ਜਿਹੜਾ ਬੰਦਾ ਇੱਕ ਵਾਰੀ ਵੀ ਨਹੀਂ ਬਣਿਆ ਸੀ ਮਿੱਟੀ ਦੇ ਘੁਲਣ ਦੇ ਡਰ ਤੋਂ ਚਾਰ ਵਾਰੀ ਬਣ ਚੁੱਕਿਆ ਅਤੇ ਦੋ ਵਾਰੀ ਬਣਿਆ ਜੋਨੀ ਤਿੰਨ ਵਾਰੀ ਬਿੰਨੀ ਦੋ ਵਾਰੀ ਆਪਾਂ ਦੋ ਚੈਂਪੀਅਨ ਹਾਂ ਚੈਂਪੀਅਨ ਇਹ ਚੈਂਪੀਅਨ ਇਹ ਜਮਾਂ ਨਹੀਂ ਰਿਹਾ ਐਂਡ 'ਤੇ ਆਇਆ ਸੀ ਤਾਂ ਕਰਕੇ ਅਤੇ ਹੁਣ ਆਪਾਂ ਹੁਣ ਇਹਨੂੰ ਆਪਾਂ ਮਿੱਟੀ ਵਿੱਚ ਰੋਲਣਾ ਸਾਰਿਆਂ ਨੇ ਅਤੇ ਇਹ ਸੀਗਾ ਜੀ ਅੱਜ ਦਾ ਆਪਣਾ ਵਲੌਗ ਹੋ ਤੁਸੀਂ ਇੰਜੋਏ ਕੀਤਾ ਹੋਊਗਾ ਅਤੇ ਸਾਡੀ ਨਵੀਂ ਲੁੱਕ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਅਤੇ ਅੱਜ ਆਪਣੇ ਇੱਕ ਦਿਨ ਅਤੇ ਹੋਰ ਤਾਂ ਆਪਾਂ ਲਾ ਦਈਏ ਕਾਣਾ ਕਿਉਂਕਿ ਆਪਾਂ ਕੰਟੀਨਿਊਸਲੀ ਜਿਹੜੇ ਦਿਨ ਆ ਉਹ ਕੱਟੀ ਜਾਂਦੇ ਹੌਲੀ ਹੌਲੀ ਅਤੇ ਇੰਜੋਏ ਕਰੀ ਜਾਂਦੇ ਹਾਂ ਹੋਪ ਤੁਸੀਂ ਵੀ ਸਾਰੇ ਇੰਜੋਏ ਕਰਦੇ ਪਏ ਹੋਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਇੱਦਾਂ ਹੀ ਪਿਆਰ ਬਣਾਈ ਰੱਖਿਓ ਯੋ